बाबा जी की कहना चाहोगे अज के इस दिहाड़े से किस तरह की श्रद्धा की सतगुरु संगत जो सतगुरों के बारे उन्होंने बारे आप कह सकते सतगुरु जी वास्ते बयान ही नहीं कर सकते। एक ऐसा सुरां का सुरंदर जी उन्होंने आवाज रही दुनिया तक उन्होंने जे संगीत के तरफ गल करिए जी सुर से एक सुर के मालक से भी उन्होंने रूप में ऐसी कला से जो असी लोग करते हैं तो हारमोनियम आने एक एक मुगले एक एक सुर प्ले गा पर मैं अखी देखा भी वो एक उंगल पता नहीं कि उंगल किनिया सुर प्ले कर एक एक उंगल उंगल के नाल वक्रा वक्रा राग हो जाना किसी के हाथ की खराबी है ऐ कह लो कि हर एक चीज़ के बेस संगीत जो उन्होंने सत्ता की गल की है पूरी की पूरी की जो हिंदू धर्म की गाया जिमें कि स्टेज पर वर्णन कर रहे थे कि जो अंतम समाज कीर्तन सुनते रहे वो गल मैं थोड़े तो सुनना चाहूँगा कि बच्चे आलाप के सार दसिया कि जो अंत का समा मेरे कला कीर्तन की आवाज गुरबाणी का इन्ना सत्कार करते गुरबाणी का कीर्तन का इन्ना सत्कार करते एक मन के नाल गुरबाणी गायन करते कि मैं कहूँ ना कुछ भी जोड़ा भी शब्द उन्होंने पाया वो ऐसा रस भरते कि बंदा सुन सुन के ਜਿਵੇਂ ਕਿ ਸਾਡੇ ਬਚਪਨ ਦੇ ਵਿੱਚ ਕੀਰਤਨ ਤੋਂ ਹੀ ਸਟਾਰਟਿੰਗ ਹੋਈ ਉਹਨਾਂ ਦੀ ਤੁਸੀਂ ਉਹਨਾਂ ਨੂੰ ਕਦੋਂ ਮਿਲੇ ਸੀਗੇ ਅਤੇ ਕੋਈ ਖਾਸ ਜਿਹੜੀ ਯਾਦਗਾਰ ਜਿਹੜੀ ਉਹ ਭੁੱਲਾ ਮੈਂ ਤਾਂ ਦੁਨੀਆਂ ਨੇ ਅਤੇ ਦੁਨੀਆਂ ਨੂੰ ਦੇਖਿਆ ਤਾਂ ਮੈਂ ਬਚਪਨ ਤੋਂ ਲੈ ਕੇ ਛਿਆਲੀ ਸਾਲ ਮੇਰੀ ਅੱਖਾਂ ਦੇ ਪੂਰੇ ਸਤਪੁਰ ਲਿਖੀ ਹੈ ਜਿਵੇਂ ਕਿ ਸਿੱਖਿਆ ਪਰ ਜਿਹੜਾ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਹਦੇ ਬਾਰੇ ਕੁਝ ਅਸੀਂ ਤਕਰੀਬਨ ਅਤੇ ਜਦੋਂ ਵੀ ਉਹਨਾਂ ਨਾਲ ਗੱਲ ਕਰਦੇ ਤਾਂ ਅਸੀਂ ਕਹਿੰਦੇ ਸੀ ਕਿ ਅਸੀਂ ਪੁੱਛਦੇ ਸੀ ਵੀ ਰਾਜੇ ਸਾਹਿਬ ਵੀ ਅਤੇ ਅਸੀਂ ਜਿਵੇਂ ਜੇ ਸਾਨੂੰ ਉਹਨਾਂ ਨੇ ਸੁਣਦਾ ਅਭਿਆਸ ਦੱਸਿਆ ਅਤੇ ਅਸੀਂ ਜਿਵੇਂ ਕਿ ਅੱਜ ਸਿੱਖ ਪੰਥ ਦੀਆਂ ਮਹਾਨ ਕੀਰਤਨ ਕੀਰਤਨ ਜਿਹੜੇ ਫਾਇਦਾ ਕੀਤੇ ਨੇ ਇੱਥੇ ਪਹੁੰਚੇ ਨੇ ਉਸ ਚੀਜ਼ ਨੂੰ ਦੇਖ ਕੇ ਕੀ ਲੱਗਦਾ ਕਿ ਕਿੰਨਾ ਕੀਰਤਨ ਜਿੱਦਾਂ ਦਾ ਸਤਿਕਾਰ ਕਰ ਸਕਦੇ ਮੈਂ ਤਾਂ ਜੀ ਤੁਸੀਂ ਕੀਰਤਨੀ ਜਿੱਥੇ ਤਾਂ ਚਲੋ ਕਰਦੇ ਹੀ ਸੀ ਆਮ ਕੋਈ ਵੀ ਇਨਸਾਨ ਜੇ ਜਿਸ ਤਰ੍ਹਾਂ ਅਸੀਂ ਸੰਸਕਾਰ 'ਤੇ ਆਏ ਤਾਂ ਸਾਨੂੰ ਇੱਕ ਹੋਰ ਚੀਜ਼ ਬੜੀ ਵਧੀਆ ਸਿੱਖਣ ਮਿਲੀ ਕਿ ਰਿਕਸ਼ੇ ਵਾਲਾ ਰੁਲਿਆ ਅਸੀਂ ਉਹਨੂੰ ਪੁੱਛਿਆ ਕਿ ਧਰਤੀ ਮਾਤਾ ਸੀ ਅਸੀਂ ਉਹਨੂੰ ਪੁੱਛਿਆ ਵੀ ਭੰਗੜਾ ਰੁਦਨ ਕਰਕੇ ਅਸੀਂ ਬੋਲਿਆ ਰਹੇ ਸੀ ਉਹ ਕਹਿੰਦਾ ਵੀ ਬਾਬਾ ਜੀ ਇਹ ਸੰਸਾਰ ਸੀ ਜਦੋਂ ਅਸੀਂ ਕਿਸੇ ਨੂੰ ਵੀ ਗਰਮੀ ਦੇ ਵਿੱਚ ਛੱਡਣ ਜਾਂਦੇ ਸੀ ਸਾਡੇ ਭਾਜੀ ਬਰਫ ਦੇ ਵਿੱਚ ਤੁਹਾਨੂੰ ਬਣਾ ਕੇ ਪਾਣੀ ਲਿਆ ਕੇ ਦਿੰਦੇ ਸੀ ਇਹੋ ਜੀ ਸੋਚ ਦੇ ਮਾਲਕ ਕਿ ਗਰੀਬ ਨੂੰ ਵੀ ਇੰਨਾ ਗਲ ਨਾਲ ਲਾਉਂਦੇ ਸੀ ਕਹਿੰਦੇ ਸਾਨੂੰ ਪੈਸੇ ਵਾਲੇ ਦੇ ਦਿੰਦੇ ਕਿ ਤੂੰ ਇੱਧਰ ਹੀ ਆਇਆ ਕਿਸੇ ਨੂੰ ਛੱਡਣ ਆਇਆ ਇੱਕ ਪਾਣੀ ਵੀ ਕਹਿੰਦੇ ਗਲਿਆ ਪੈਸੇ ਕੋਈ ਜੂਸ ਜਾ ਸਕੇ ਇਹੋ ਜੇ ਡਿੱਗੇ ਸੁਭਾਅ ਦੇ ਮੈਂ ਤਾਂ ਕਹਿੰਦਾ ਵੀ ਵੀ ਇਹੋ ਜਿਹਾ ਸਾਧੂ ਸੁਭਾਅ ਕਲਾ ਕਰਦੇ ਬਹੁਤ ਇੱਥੇ ਪਰ ਸਾਧੂ ਸੁਭਾਅ ਬਣੇ ਕਲਾ ਦੀ ਬਹੁਤ ਸੇਵਾ ਕਰਦੇ ਉਸ ਟਾਈਮ ਵੀ ਉਸਤਾਦ ਜਨਾਬ ਸਤੂਰ ਸਿਕੰਦਰ ਸਾਹਿਬ ਜੀ ਨੇ ਬਹੁਤ ਅਸ਼ੀਰਵਾਦ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਜਲੰਧਰ ਤੋਂ ਫੋਨ ਕਰਕੇ ਪੁੱਛਦੇ ਹਾਂ ਉਸਤਾਦ ਜੀ ਸਾਨੂੰ ਰਸਤਾ ਦੱਸਿਆ ਜਾਵੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਪੰਜਾਬ ਲੋਕ ਕਲਾ ਮੰਚ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਅਤੇ ਇੱਕ ਦੂਜੇ ਦੀ ਸਲਾਹ ਦੇ ਨਾਲ ਚੱਲੇ ਹੀ ਸੁਰਤਾਲ ਸੰਸਥਾ ਪੰਜਾਬ ਹਮੇਸ਼ਾ ਉਹਨਾਂ ਦੇ ਪਾਏ ਹੋਏ ਪੂਰਨੇ ਦੇ ਚੱਲਣਗੇ ਔਰ ਸਾਡੇ ਛੋਟੇ ਭਰਾਵਾਂ ਲਾਭ
और सारंग और साड़ी माँ अमर नूरी जी परमात्मा उन्होंने भाणा मन का बल बख्शन और हमेशा जिहड़ी संगीत दे जरिए उन्होंने लोगों की सेवा की आ उस सेवा नूं गांह दी गांह उस तरीके उस लाइन से चलते चलते वो संगीत की सेवा करते रहे साड़ी सारे की दिली तमन्ना।